ਤਸਵੀਰਾਂ ਤਰਨ ਤਾਰਨ ਦੇ ਪਿੰਡ ਮੂਸਾ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਤੁਸੀਂ ਵੀ ਭੁਲੇਖਾ ਖਾ ਜਾਓਗੇ। ਦਰਅਸਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੂਸੇ ਦਾ ਸਰਕਾਰੀ ਸਕੂਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਮਾਰਟ ਸਕੂਲ ਬਣ ਕੇ ਸਿੱਖਿਆ ਦੇ ਖੇਤਰ ਵਿੱਚ ਇੱਕ ਮਿਸਾਲ ਬਣ ਚੁੱਕਾ ਹੈ। ਇਸ ਸਕੂਲ ਵਿੱਚ ਜਿੱਥੇ ਆਧੁਨਿਕ ਤਕਨੀਕੀ ਨਾਲ LED ਪੈਨਲ ਤੇ ਪੜ੍ਹਾਈ ਕਰਵਾਈ ਜਾਂਦੀ ਹੈ, ਉੱਥੇ ਇਸ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਕੰਪਿਊਟਰ ਲੈਬ, ਸਾਇੰਸ ਲੈਬ ਤੇ ਲਾਇਬ੍ਰੇਰੀ ਦੇਖ ਕੇ ਮੱਲੋ ਮੱਲੀ ਵਿਦਿਆਰਥੀਆਂ ਦਾ ਪੜ੍ਹਨ ਨੂੰ ਦਿਲ ਕਰਦਾ ਹੈ। ਔਖੇ ਯੁੱਗ ਵਿੱਚ ਜਿੱਥੇ ਹਰ ਇੱਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਬੱਚਾ ਕਿਸੇ ਕਾਨਵੈਂਟ ਸਕੂਲ ਜਾਂ ਵਿਦਿਆਰਥੀ ਹੋਵੇ, ਉੱਥੇ ਹੀ ਪਿੰਡ ਮੂਸੇ ਦਾ ਸਰਕਾਰੀ ਹਾਈ ਸਕੂਲ ਇੱਕ ਚੰਗੇ ਕਾਨਵੈਂਟ ਸਕੂਲ ਨੂੰ ਵੀ ਮਾਤ ਦਿੰਦਾ ਹੈ। ਸਰਕਾਰੀ ਹਾਈ ਸਕੂਲ ਮੂਸੇ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਨੇ ਆਏ ਹੋਏ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਨੂੰ ਇਸ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦੀ ਜਾਣਕਾਰੀ ਦਿੱਤੀ। ਸਰਕਾਰੀ ਹਾਈ ਸਕੂਲ ਮੂਸੇ ਵੱਲੋਂ ਵਿਦਿਅਕ ਰੈਲੀ ਕੱਢੀ ਜਾ ਰਹੀ ਹੈ, ਕਿਸ ਉਦੇਸ਼ ਦੇ ਨਾਲ ਔਰ ਕਿਸ ਤਰ੍ਹਾਂ ਤੋਂ? ਜੀ, ਸਾਡਾ ਇਹ ਇੱਕੋ ਹੀ ਮਕਸਦ ਹੈ ਕਿ ਸਰਕਾਰੀ ਸਕੂਲਾਂ ਨੂੰ ਬਚਾਉਣਾ, ਔਰ ਉਸ ਮਕਸਦ ਦੇ ਵਿੱਚ ਅਸੀਂ ਬਾਖੂਬੀ ਲੱਗੇ ਹੋਏ ਹਾਂ। ਮੈਂ ਮਦਨ ਬੱਲੂਆਣਾ, ਗਵਰਨਮੈਂਟ ਸੀਨੀਅਰ ਗਵਰਨਮੈਂਟ ਹਾਈ ਸਕੂਲ ਮੂਸੇ ਦੇ ਵਿੱਚ ਐਜ਼ ਇੰਚਾਰਜ ਪਿਛਲੇ 1 ਸਾਲ ਤੋਂ ਕੰਮ ਕਰ ਰਿਹਾ, ਔਰ ਸਾਡੀ ਸੋਚ ਜੋ ਕਿ ਸਾਡੇ ਮਾਨਯੋਗ ਸਿੱਖਿਆ ਸਕੱਤਰ ਜੀ ਦੀ ਸੋਚ ਹੈ, ਉਸ ਸੋਚ ਨੂੰ ਲੈ ਕੇ ਔਰ ਹਰ ਸਮੇਂ ਜੋ ਉਹਨਾਂ ਦੀਆਂ ਅਗਵਾਈ ਭਰੀਆਂ ਲੀਹਾਂ ਨੇ ਉਹਨਾਂ ਤੇ ਚੱਲ ਕੇ ਅਸੀਂ ਇਸ ਨੂੰ ਇੱਕ ਕਾਨਵੈਂਟ ਸਕੂਲ ਬਣਾਉਣ ਜਾ ਰਹੇ ਹਾਂ। ਇਸ ਸਕੂਲ ਦੇ ਵਿੱਚ ਹਰ ਫੈਸਿਲਿਟੀ ਮਿਲੇਗੀ ਜੋ ਸ਼ਾਇਦ ਕਾਨਵੈਂਟ 'ਚ ਵੀ ਨਹੀਂ ਮਿਲੇਗੀ, ਔਰ ਬਾਇਓਮੈਟ੍ਰਿਕ ਜਿਹੜੀ ਅਟੈਂਡੈਂਸ ਫਾਰ ਸਟੂਡੈਂਟਸ, ਇਟ ਇਜ਼ ਦਾ ਬੈਸਟ ਥਿੰਗ ਫਾਰ ਆਵਰ ਸਕੂਲ ਐਂਡ ਆਲ ਏਰੀਆਜ਼। ਔਰ ਬਾਕੀ ਜੋ ਚੀਜ਼ਾਂ ਨੇ, ਕੈਮਰੇ ਹੈ, LEDs ਹੈ, ਸਮਾਰਟ ਕਲਾਸਰੂਮ, ਆਲ ਕਲਾਸਿਸ ਆਰ ਸਮਾਰਟਸ, ਐਂਡ ਇੱਕ ਸਮਾਰਟ ਰੂਮ ਸਪੈਸ਼ਲ ਬਣਾਇਆ। ਲਾਇਬ੍ਰੇਰੀ ਦੇ ਵਿੱਚ ਸਾਡੇ ਕੋਲ 2000 ਬੁੱਕਸ ਨੇ, ਔਰ ਵੈਨਸ ਦੀ ਬਹੁਤ, ਜੋ ਕਿ ਬੱਚੇ ਦੂਰੋਂ ਦੂਰੋਂ ਆਉਣਾ ਚਾਹੁੰਦੇ ਸੀ ਔਰ ਉਹਨਾਂ ਦੀ ਸਮੱਸਿਆ ਵੈਨਸ ਦੀ, ਪੇਰੈਂਟਸ ਨੇ ਆਪਣੇ ਆਪ ਹੀ ਸਾਡੇ ਸਕੂਲ ਦੀ ਕੁਆਲਿਟੀਜ਼ ਨੂੰ ਦੇਖ ਕੇ ਔਰ ਗਵਰਨਮੈਂਟ ਸਕੂਲ ਦੇ ਵਿੱਚ ਔਰ ਆਉਣ ਵਾਲੇ ਜਿਹੜੇ ਏਰੀਆ 'ਚ ਸਕੂਲ ਨੇ, ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਹੈ, ਇਜ਼ ਦਾ ਫੇਮਸ ਸਕੂਲ ਇਨ ਦਾ ਏਰੀਆ, ਉਸ ਸਕੂਲ ਦੇ ਬੱਚੇ ਮੇਰੇ ਕੋਲ ਦਾਖਲਾ ਲੈ ਰਹੇ ਨੇ। ਪ੍ਰਾਇਮਰੀ ਸਕੂਲ ਨੂੰ ਅਸੀਂ ਕਲੱਬ ਕਰ ਲਿਆ, ਅਸੀਂ ਇਸ ਹਾਈ ਸਕੂਲ ਅਲੱਗ ਨਹੀਂ ਹੈ, ਇਹਦੇ ਵਿੱਚ ਨਰਸਰੀ ਤੋਂ ਲੈ ਕੇ ਹੁਣ 10th ਤੱਕ ਪੜ੍ਹਾਈ ਹੋਏਗੀ। ਇੰਗਲਿਸ਼ ਮੀਡੀਅਮ, ਪੰਜਾਬੀ ਮੀਡੀਅਮ ਦੋਨੋਂ ਮੀਡੀਅਮ ਨਾਲ ਨਾਲ ਚੱਲਣਗੇ, ਔਰ ਸਾਨੂੰ ਆਸ ਹੈ ਕਿ ਸਰਕਾਰ ਵੀ ਸਾਡਾ ਸਾਥ ਦੇਊਗੀ। ਸਾਨੂੰ ਬਿਲਡਿੰਗ ਦੀ ਲੋੜ ਪਏਗੀ, ਸਾਨੂੰ ਪੈਸੇ ਦੀ ਲੋੜ ਪਊਗੀ, ਅਸੀਂ ਪਾਰਕ ਬਣਾਉਣੇ ਹੈ, ਸਟਾਫ ਅਸੀਂ ਸਾਨੂੰ ਹੋਰ ਚਾਹੀਦਾ ਹੋਏਗਾ, ਤਾਂ ਅਸੀਂ ਸਾਰੇ ਰਲ ਮਿਲ ਕੇ ਇਹ ਉਹਨਾਂ ਨੂੰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਉਹ ਜਿਹੜੀਆਂ ਲੋੜਾਂ ਨੇ ਉਹ ਜਲਦੀ ਪੂਰੀਆਂ ਕਰਨ, ਤਾਂ ਕਿ ਅਸੀਂ ਇਸ ਨੂੰ ਪੰਜਾਬ, ਜਿਨ੍ਹਾਂ ਨੂੰ ਮੈਂ, ਜਿਨ੍ਹਾਂ ਦੀ ਮੋਟੀਵੇਸ਼ਨ ਦੇ ਨਾਲ ਇਸ ਪਿੰਡ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਹੈ ਪਿਛਲੇ 2 ਸਾਲਾਂ ਤੋਂ। ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਲਿਖਾਈ ਤੋਂ ਖੁਦਾਈ ਵੱਲ ਮੈਨੂੰ ਜੋੜਿਆ ਹੈ। ਜੇ ਇੱਕ ਕਿਤਾਬ ਲਿਖਣੀ ਹੋਈ ਤਾਂ ਪੂਰੀ ਮੈਂ ਲਿਖ ਸਕਦਾ ਕਿ ਕਿਸ ਤਰ੍ਹਾਂ ਲਿਖਾਈ ਦੇ ਨਾਲ ਖੁਦਾਈ ਤੱਕ ਪਹੁੰਚਣ ਦਾ ਇੱਕ ਜ਼ਰੀਆ ਹੈ ਇਹ ਲਿਖਾਈ, ਸੁੰਦਰ ਲਿਖਾਈ। ਸਾਡੇ ਸਕੂਲ ਦੇ ਬੱਚਿਆਂ ਦੀ ਰਾਈਟਿੰਗ ਸਾਰੇ, ਮੈਨੂੰ ਲੱਗਦਾ ਆਲ ਏਰੀਆਜ਼ 'ਚ, ਪ੍ਰਾਈਵੇਟ ਸਰਕਾਰੀ ਸਕੂਲਾਂ 'ਚ ਕਿਤੇ ਵੀ ਇਹੋ ਜਿਹੀ ਲਿਖਾਈ ਨਹੀਂ ਹੋਊਗੀ। ਔਰ ਮੈਂ ਇਹਨਾਂ ਨੂੰ ਬਹੁਤ ਵੱਡਾ ਜਾਦੂਗਰ ਮੰਨਦਾ, ਬਹੁਤ ਵੱਡੇ ਜਾਦੂਗਰ ਨੇ, ਔਰ ਇਹਨਾਂ ਨੇ ਜਾਦੂ ਕੀਤਾ ਹੈ, ਔਰ ਮੇਰੇ ਤੇ ਜਾਦੂ ਕੀਤਾ, ਮੇਰੇ ਬੱਚਿਆਂ ਤੇ, ਮੇਰੇ ਸਟਾਫ ਤੇ ਜਾਦੂ ਕੀਤਾ ਹੈ, ਔਰ ਇਸ ਏਰੀਏ 'ਚ ਇਹਨਾਂ ਦਾ ਜਾਦੂ ਇੰਨਾ ਚੱਲੂਗਾ ਕਿ ਉਹ ਕੰਮ ਹੋਣਗੇ ਜੋ ਕਦੇ ਕਿਸੇ ਨੇ ਸੋਚੇ ਨਹੀਂ। ਥੈਂਕ ਯੂ ਵੈਰੀ ਮੱਚ। ਹਾਂਜੀ, ਇੱਕ ਗੱਲ ਹੋਰ ਸੀ ਕਿ ਜੋ ਮੈਂ ਇਮੇਜਿਨ ਕਰ ਰਿਹਾ ਕਿ ਲੋਕ ਕਹਿੰਦੇ ਨੇ ਜਾਂ ਸਰਕਾਰਾਂ ਕਹਿੰਦੀਆਂ ਨੇ ਕਿ ਤੁਹਾਡੇ ਸਕੂਲ ਦੀ 20% 30% ਗਿਣਤੀ ਵਧਣੀ ਚਾਹੀਦੀ ਹੈ, ਔਰ ਮੈਂ ਜੋ ਫੀਲ ਕਰ ਰਿਹਾ ਉਹ ਮੇਰੇ ਸਕੂਲ ਦੀ ਗਿਣਤੀ ਔਰ ਮੇਰੇ ਪ੍ਰਾਇਮਰੀ ਸਕੂਲ ਦੀ ਗਿਣਤੀ ਹੁਣ ਦੇ ਮੁਤਾਬਕ 200% ਵੱਧ ਰਹੀ ਹੈ। 200% ਸਰਕਾਰ ਕਹਿੰਦੀ 20% ਵਧਾਓ, ਲੇਕਿਨ ਅਸੀਂ 200% ਗਿਣਤੀ ਵਧਾ ਰਹੀ ਹਾਂ, ਔਰ ਇਸ ਸਾਰੇ ਜਾਦੂ ਦੇ ਪਿੱਛੇ ਗੁਰੂ ਮੇਰੇ ਦਾ ਹੱਥ ਹੈ, ਔਰ ਉਹਦੇ ਨਾਲ ਨਾਲ ਮੇਰੇ ਇਸ ਪਿੰਡ ਵਾਸੀਆਂ ਦਾ, ਮੇਰੇ ਸਾਰੇ ਭਰਾਵਾਂ ਦਾ, ਇੱਥੋਂ ਤੱਕ ਕਿ ਮੇਰਾ ਪਿੰਡ ਬੱਲੂਆਣਾ ਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ, ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਿਆ ਹੋਇਆ ਵਿਦਿਆਰਥੀ ਮੈਂ, ਮੈਨੂੰ ਫਖਰ ਹੈ ਕਿ ਮੈਂ ਗਵਰਨਮੈਂਟ ਸਕੂਲ 'ਚ ਪੜ੍ਹਿਆ, ਔਰ ਮੈਂ ਇਹ ਵੀ ਫਖਰ ਕਰਦਾ ਕਿ ਮੇਰੇ ਇਸ ਬੱਚੇ ਗਵਰਨਮੈਂਟ ਸਕੂਲ 'ਚ ਮੈਂ ਉਹਨਾਂ ਨੂੰ ਐਡਮਿਸ਼ਨ ਕਰਾਤੀ ਹੈ, ਕਿਉਂਕਿ ਉਹ ਕਿਤੇ ਨਾ ਕਿਤੇ ਰੁਕਾਵਟ ਬਣ ਰਹੀ ਸੀ ਮੇਰੀ ਜਿਹੜਾ ਮੇਰਾ ਏਮ ਹੈ ਉਹਦੇ ਅਚੀਵ 'ਚ, ਅਚੀਵਮੈਂਟ ਲਈ। ਔਰ ਮੈਂ ਸੋਚਦਾ ਕਿ ਮੇਰੇ ਬੱਚੇ ਨੂੰ ਮੈਂ ਪ੍ਰਾਈਵੇਟ ਗਵਰਨਮੈਂਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਦੇ ਸਕਦਾ, ਔਰ ਸਰਕਾਰ ਦਾ ਸਾਥ ਹੋਵੇ ਸਾਡੇ ਨਾਲ, ਔਰ ਪਿੰਡ ਵਾਸੀਆਂ ਦਾ, ਸਾਰੇ ਦੋਸਤਾਂ ਮਿੱਤਰਾਂ ਦਾ, ਔਰ ਜਿਹੜੇ ਮੇਰੇ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਪਿੰਡ ਹੈ ਜੀ, ਤਹਿਸੀਲ ਅਬੋਹਰ, ਔਰ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ, ਔਰ ਉਸ ਮੇਰੀ ਮਾਤਾ
जिस ने मैनू जन्म दिता उसका मैं खर्च कदे नहीं दे सकता क्योंकि जे वो सी तो मैं इस जिंदगी जिंदगी मैनू मिली और वो मेरे पिंड के सारे दोस्त मित्र मेरे टीचर्स सारे भैन भरा जिन्होंने मैनू इस स्कूल लई बहुत सारा योगदान दिता पैसे का योगदान दिता जिस तरह का सहयोग उन्होंने वालों मिले मैनू और उन्हों का मैं कदे भी शुकराना नहीं ਜਿੱਦਾਂ ਜੀ ਅਸੀਂ ਸਕੂਲ ਵੱਲ ਸਰ ਵੱਲ ਵੇਖਦੇ ਹਾਂ ਜਿੱਦਾਂ ਕਿ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਅਸੀਂ ਸੋਚਦੇ ਹਾਂ ਵੀ ਜਿੱਦਾਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਆ ਕਿਉਂਕਿ ਪ੍ਰਾਈਵੇਟਾਂ ਸਕੂਲਾਂ ਦੇ ਇੰਨੇ ਖਰਚੇ ਆ ਇੱਦਾਂ ਸਾਰਾ ਕੁਝ ਚੱਲ ਰਿਹਾ ਪਰ ਜਿੱਦਾਂ ਅਸੀਂ ਇਹਦੇ ਵੱਲ ਇੱਧਰ ਧਿਆਨ ਕਰਦੇ ਹਾਂ ਤਾਂ ਸਾਨੂੰ ਇੱਕ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਾਂ ਕੋਈ ਗੱਲ ਨਹੀਂ ਜੇ ਸਾਡਾ ਸਰਕਾਰ ਨਹੀਂ ਸਕੂਲ ਸਾਥ ਦੇ ਰਹੀ ਇਸ ਟੀਚਰਸ ਦਾ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਨੂੰ ਚੰਗੀ ਪੜ੍ਹਾਈ ਮਿਲੂਗੀ ਜੋ ਕਿ ਪ੍ਰਾਈਵੇਟ ਸਕੂਲਾਂ ਤੋਂ ਵੀ ਸ਼ਾਇਦ ਨਹੀਂ ਮਿਲ ਸਕਦੀ ਉਹਦੇ ਖਰਚੇ ਬਹੁਤ ਆ ਅਤੇ ਪੜ੍ਹਾਈ ਇੰਨਾ ਜ਼ਿਆਦਾ ਨਹੀਂ ਕਿਉਂਕਿ ਸਾਡੇ ਘਰ ਵਿੱਚੋਂ ਕੁਛ ਬੱਚੇ ਪੜ੍ਹਦੇ ਆਲਰੇਡੀ ਪ੍ਰਾਈਵੇਟ ਸਕੂਲਾਂ ਵਿੱਚ ਪਰ ਇੱਥੇ ਆਣ ਕੇ ਸਾਨੂੰ ਵਾਕਈ ਅੱਜ ਇੱਦਾਂ ਲੱਗਿਆ ਕਿ ਹਾਂ ਸਾਨੂੰ ਮਾਣ ਮਹਿਸੂਸ ਹੋਣ ਦਿਆ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਸਰਕਾਰ ਤਾਂ ਭਾਵੇਂ ਸਾਡੇ ਬਾਰੇ ਨਹੀਂ ਸੋਚ ਰਹੀ ਕਿਉਂਕਿ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਇੰਨੀਆਂ ਫੀਸਾਂ ਦੇ ਕੇ ਪੜ੍ਹਾ ਸਕਦੇ ਹਾਂ ਪਰ ਸਾਨੂੰ ਸਕੂਲ ਆ ਕੇ ਨਾ ਟੀਚਰਸ ਨੂੰ ਮਿਲ ਕੇ ਬੜੀ ਖੁਸ਼ੀ ਇਸ ਗੱਲ ਦੀ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਸਾਨੂੰ ਬਣਿਆ ਨਜ਼ਰ ਆ ਰਿਹਾ ਵਾ ਇਸ ਕਰਕੇ ਅਸੀਂ ਸਾਰੇ ਹੀ ਪਿੰਡ ਦੇ ਨੌਜਵਾਨ ਇਹਨਾਂ ਦਾ ਤਹਿ ਦਿਲੋਂ ਨਾਲ ਹਾਂ ਜਿੱਥੇ ਵੀ ਸਾਡੇ ਇਹਨਾਂ ਨੂੰ ਲੋੜ ਹੋਊਗੀ ਅਸੀਂ ਹਾਜ਼ਰ ਹਾਂ ਅਤੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਬੜਾ ਮਾਣ ਮਹਿਸੂਸ ਕਰਦੇ ਕਿ ਸਾਡੇ ਸਕੂਲ ਦੇ ਵਿੱਚ ਟੀਚਰਸ ਆਏ ਤਾਂ ਜੋ ਕਿ ਸਾਡੇ ਸਕੂਲ ਦੀ ਨੁਹਾਰ बिना किसी सरकारी सहायता तो स्मार्ट स्कूल बने दी इस दी चारे पासे चर्चा हो रही है।